ਕਿੱਥੋਂ ਸ਼ੁਰੂਆਤ ਹੁੰਦੀ ਹੈ? ਉਹ ਸਾਡੇ ਨਾਲ ਗੱਲਬਾਤ ਹੋਈ ਕਿ ਤੁਸੀਂ ਜਿੱਥੇ ਦਿਹਾੜੀਆਂ ਲਾਉਂਦੇ ਸ਼ੈਲਰਾਂ ਦਾ ਕੰਮ ਕਰਦੇ ਹੋ, ਅਗਰ ਤੁਹਾਨੂੰ ਕੋਈ ਅੱਛੀ ਜੋਬ ਨੌਕਰੀ ਮਿਲ ਜਾਵੇ ਤੁਹਾਨੂੰ ਤਾਂ ਕੰਮ ਕਰੋਗੇ? ਅਸੀਂ ਉਹਨੂੰ ਪੁੱਛਿਆ ਕਿਹੋ ਜਿਹਾ ਕੰਮ ਆ, ਕਹਿਣ ਲੱਗਾ ਪਾਕਿਸਤਾਨ ਜਾਣਾ, ਤੁਹਾਨੂੰ ਸਰਕਾਰੀ ਨੌਕਰੀ ਮਿਲ ਸਕਦੀ ਆ, ਅਗਰ ਤੁਸੀਂ ਫੜੇ ਜਾਂਦੇ ਤੁਹਾਨੂੰ ਪੈਸਾ ਬਹੁਤ ਜ਼ਿਆਦਾ ਮਿਲੇਗਾ। ਅਫਸਰ ਆਏ ਰਾਹ ਦੇ, ਸਾਨੂੰ ਆਖਣ ਲੱਗੇ ਕਿ ਸਾਡੇ ਲਈ ਕੰਮ ਕਰੋ। ਇਹ ਕਿਹੜਾ ਕੰਮ? ਕਹਿੰਦੇ ਪਾਕਿਸਤਾਨ ਬੰਬ ਚਲਾਉਣਾ।